ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਹਾਡੇ ਲੈ ਕੇ ਆਈ ਵੱਟਾਂ ਵਾਲੀ ਪੱਗ, ਜਿਹਦੇ ਲੈਂਦੇ ਹੀ 7.5 ਮੀਟਰ ਦੇ ਕੱਪੜਾ ਬੜਾ ਫੁੱਲ ਵਾਰ ਵਾਤੇ ਆ, ਅਤੇ ਇਸ ਵਿੱਚ ਜਿਹੜੇ ਢੱਡਾ ਪਹਿਨਾਂਗੇ ਉਹ ਆਪਾਂ ਚਾਰੇ ਪਾਸੇ ਪਹਿਨਾਂਗੇ, ਜਾਣੀ ਜਿਹੜੇ ਆਪਾਂ ਪਰਲੇ ਪੇਜ ਹੁੰਦੇ ਆਪਾਂ ਪੇਜ ਬਣਾਉਣਗੇ, ਆਪਾਂ ਉਹਨੂੰ ਢੱਡਾ ਪਹਿਨਾਂਗੇ, ਅਤੇ ਆਪਾਂ ਸੱਜੇ ਵਾਲੇ ਖੱਬੇ ਪਾਸੇ ਵੀ ਬਾਹ ਪਾਵਾਂਗੇ, ਅਤੇ ਆਪਾਂ ਪਹਿਲਾਂ ਵਾਲਾ ਲਗਾਉਣਾ ਪੂਰੀ ਚੰਗੀ ਤਰ੍ਹਾਂ ਰੱਖਣਾ, ਆਪਾਂ ਬਾਹ ਵਿੱਚ ਜਿਹੜਾ ਬਾਹ ਨੂੰ ਲਗਾ ਕੇ ਆਪਾਂ ਲਗਾ ਦੇਣਾ ਹੈ। ਅਤੇ ਆਪਾਂ ਜਿਹੜੇ ਇਸ ਵਿੱਚ ਆਪਾਂ ਜਿਹੜੀ ਪੂਣੀ ਆ ਉਹ ਖੁੱਲ੍ਹਦਾ ਪਾਸਾ ਜਿਹੜਾ ਆਪਾਂ ਉੱਪਰ ਰੱਖਿਆ ਹੈ, ਅਤੇ ਬੰਦ ਪਾਸਾ ਜਿਹੜਾ ਆਪਾਂ ਥੱਲੇ ਰੱਖਿਆ ਹੈ, ਅਤੇ ਬੈਗ ਤੋਂ ਪਿੰਚ ਕਰਕੇ ਜਿਹੜਾ ਆਪਾਂ ਖੁੱਲ੍ਹਦਾ ਪਾਸਾ ਉੱਪਰ ਰੱਖ ਕੇ ਅਤੇ ਬੰਦ ਪਾਸਾ ਥੱਲੇ ਰੱਖ ਕੇ ਇਹ ਜਿਵੇਂ ਦੇ ਵੀਡੀਓ ਦੇਖਦੇ ਆਪਾਂ ਜਿਹੜੇ ਬਲ ਹੋਏ ਉਹ ਪਾ ਦਿੰਦੇ ਹਾਂ। ਅਤੇ ਬਲ ਪਾਉਣ ਤੋਂ ਬਾਅਦ ਆਪਾਂ ਜਿਹੜੇ ਅੰਗੂਠੇ ਅਤੇ ਉਂਗਲ ਨਾਲ ਪੱਲੇ ਨੂੰ ਆਪਾਂ ਇਕੱਲੇ ਇਕੱਲੇ ਬਲ ਨੂੰ ਚੱਕ ਕੇ ਜਿਹੜਾ ਆਪਾਂ ਪਾ ਲਵਾਂਗੇ, ਉਹਨਾਂ ਨੂੰ ਬਣਾ ਕੇ ਆਪਾਂ ਉੱਪਰੋਂ ਫੋਲਡ ਕਰਕੇ ਬਲਾਂ ਨੂੰ ਥੋੜ੍ਹਾ ਸੰਘਣੇ ਕਰ ਦੇਵਾਂਗੇ, ਅਤੇ ਬਾਅਦ ਨਾਲ ਜਿਹੜੇ ਆਪਾਂ ਆਪਣੀ ਲਾੜਾ ਨੂੰ ਆਪਾਂ ਟਾਈਟ ਕਰ ਦੇਵਾਂਗੇ, ਜਿਹੜਾ ਆਪਣੇ ਬਲ ਨੇਗੇ ਢਿੱਲੀਆਂ ਪੈ ਜਾਣ, ਅਤੇ ਫਿਰ ਚੰਗੀ ਤਰੀਕੇ ਦਾ ਉੱਪਰੋਂ ਪੰਚ ਫੋਲਡ ਕਰਕੇ ਅਤੇ ਬਲ ਪਾ ਕੇ ਜਿਹੜਾ ਆਪਾਂ ਲਾੜਾ ਉਹ ਆਪਾਂ ਲਗਾ ਦੇਵਾਂਗੇ, ਅਤੇ ਫਿਰ ਚੰਗੇ ਤਰੀਕੇ ਨਾਲ ਲਾੜਾ ਲਾਉਣ ਤੋਂ ਬਾਅਦ ਉਸ ਤਰ੍ਹਾਂ ਆਪਾਂ ਬੈਕ ਬੈਕ ਤੋਂ ਪਿੰਜ ਕਰਕੇ ਖੁੱਲ੍ਹਦਾ ਪਾਸਾ ਉੱਪਰ ਅਤੇ ਬੰਦ ਪਾਸਾ ਥੱਲੇ ਰੱਖ ਕੇ, ਅਤੇ ਵੀਡੀਓ ਵਿੱਚ ਜਿਵੇਂ ਤੁਸੀਂ ਦੇਖ ਰਹੇ ਹੋ ਜਿਹੜੇ ਆਪਣੇ ਬਲ ਨੇਗੇ ਉਹ ਆਪਾਂ ਪਾ ਦੇਣੇ ਹਨ। ਆਪਾਂ ਜਿਹੜਾ ਇਕੱਲਾ ਇਕੱਲਾ ਪੱਲੇ 'ਤੇ ਆਪਾਂ ਜਿਹੜਾ ਬਲ ਚੱਕਣਾ ਹੈ, ਬਲ ਲਾ ਕੇ ਆਪਾਂ ਉਹਨਾਂ ਨੂੰ ਇਕੱਠੇ ਕਰਕੇ ਆਪਾਂ ਉੱਪਰ ਨੂੰ ਕਰ ਦੇਣੇ ਹੈ, ਅਤੇ ਜਿਹੜਾ ਆਪਾਂ ਥੱਲੇ ਵਾਲ ਪਾਉਣੇ ਨੇ ਉਹ ਤਾਂ ਆਪਾਂ ਜਿਵੇਂ ਆਪਾਂ ਵੱਟਾਂ ਵਾਲੇ ਪੱਗ 'ਚ ਬੰਨ੍ਹਦੇ ਹਾਂ ਉਹ ਤਾਂ ਉਸ ਤਰ੍ਹਾਂ ਹੀ ਪਾਉਣੇ ਨੇ, ਅਤੇ ਉਸ ਤਰ੍ਹਾਂ ਆਪਾਂ ਬਲਾਂ ਨੂੰ ਇਕੱਠੇ ਕਰਕੇ ਜਿਹੜਾ ਆਪਾਂ ਬਲਾਂ ਨੂੰ ਇਕੱਠੇ ਕਰਕੇ ਜਿਹੜਾ ਆਪਾਂ ਸੰਘਣੇ ਕਰ ਦੇਣੇ ਹਾਂ, ਚੰਗੇ ਤਰੀਕੇ ਨਾਲ ਬਲਾਂ ਸੰਘਣੇ ਕਰਕੇ ਆਪਾਂ ਜਿਹੜਾ ਇਕੱਲਾ ਇਕੱਲਾ ਬਲ ਉਹ ਕੱਢ ਦੇਣਾ ਹੈ ਅਤੇ ਲੜ ਨੂੰ ਲਗਾ ਦੇਣਾ ਹੈ, ਅਤੇ ਬਲਾਂ ਨੂੰ ਆਪਣੀ ਜਿਹੜੀ ਨੋਕ ਜਿਹੜਾ ਆਪਾਂ ਸਾਰੇ ਬਲ ਲਗਾਉਣੇ ਆ ਉਹ ਇੱਕ ਨੋਕ 'ਤੇ ਜਿਹੜਾ ਆਪਾਂ ਰੱਖਾਂਗੇ, ਅਤੇ ਆਪਾਂ ਜਿਹੜੀ ਉੱਪਰਲੀ ਆਪਣੀ ਸਫਾਈ ਆ ਜਿਹੜੇ ਆਪਣੇ ਬਲ ਨੇਗੇ ਉਹਨਾਂ ਨੂੰ ਆਪਾਂ ਬਣਾਵਾਂਗੇ ਅਤੇ ਆਪਾਂ ਪੂਰੀ ਟਾਈਟ ਕਰਾਂਗੇ, ਅਤੇ ਫਿਰ ਚੰਗੀ ਤਰੀਕੇ ਨਾਲ ਪੜ੍ਹੇ ਉੱਪਰੋਂ ਥੱਲੇ ਬਲ ਪਾ ਕੇ ਅਤੇ ਕੋਈ ਉਸ ਤਰ੍ਹਾਂ ਖੁੱਲ੍ਹਦਾ ਪਾਸਾ ਉੱਪਰ ਅਤੇ ਬੰਦ ਪਾਸਾ ਥੱਲੇ ਰੱਖ ਕੇ ਉੱਪਰ ਪੂਰੇ ਚੰਗੀ ਤਰੀਕੇ ਨਾਲ ਬਲ ਪਾ ਕੇ ਅਤੇ ਆਪਾਂ ਥੱਲਿਓਂ ਅੰਗੂਠੇ ਦੇ ਉਂਗਲ ਨਾਲ ਜਿਹੜੇ ਆਪਾਂ ਬਲ ਨੇਗੇ ਉਹਨਾਂ ਨੂੰ ਚੱਕ ਲਵਾਂਗੇ ਅਤੇ ਚੱਕ ਕੇ ਆਪਾਂ ਜਿਹੜੇ ਆਪਣੇ ਸੰਘਣੇ ਕਰ ਦੇਵਾਂਗੇ, ਜਿਵੇਂ ਤਾਂ ਵੀਡੀਓ 'ਚ ਦੇਖ ਲਿਆ ਆਪਾਂ ਅੰਗੂਠੇ ਦੇ ਉਂਗਲੀਆਂ ਚੱਕ ਲਈਆਂ ਅਤੇ ਆਪਾਂ ਉਹਨੂੰ ਸੰਘਣੇ ਕਰਾਂਗੇ, ਆਪਾਂ ਜਿਹੜਾ ਉੱਪਰੋਂ ਹਰੇਕ ਲੜ ਲੈਣਾ ਉੱਪਰੋਂ ਜਿਹੜਾ ਫੋਲਡ ਕਰਨਾ ਜਿਹੜੀ ਆਪਣੀ ਸ਼ੇਪ ਉਹਦੇ ਨਾਲ ਬਣਨੀ ਹੈ, ਅਤੇ ਬਹੁਤ ਚੰਗੀ ਤਰੀਕੇ ਨਾਲ ਆਪਾਂ ਜਿਹੜਾ ਬਲਾਂ ਨੂੰ ਸੰਘਣੇ ਕਰ ਦੇਵਾਂਗੇ ਅਤੇ ਜਿਹੜਾ ਆਪਾਂ ਲਾੜਾ ਲਗਾ ਦੇਵਾਂਗੇ, ਅਤੇ ਕੋਈ ਚੰਗੇ ਤਰੀਕੇ ਨਾਲ ਪੜ੍ਹੇ ਪੂਣੀਆਂ ਉਹਨੂੰ ਆਪਾਂ ਕੋਲ ਪਾਸਾ ਉੱਪਰ ਅਤੇ ਬੰਦ ਪਾਸੇ ਥੱਲੇ ਰੱਖ ਕੇ ਬਲ ਨੇਗੇ ਉਹ ਆਪਾਂ ਪਾ ਦੇਵਾਂਗੇ, ਅਤੇ ਜੇਕਰ ਵੀਡੀਓ ਵਧੀਆ ਲੱਗ ਰਿਹਾ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰ ਦਿਓ, ਅਤੇ ਪੂਰੀ ਚੰਗੇ ਤਰੀਕੇ ਨਾਲ ਪੜ੍ਹੇ ਬਲ ਨੇਗੇ ਉਹ ਪਾ ਦੇਵਾਂਗੇ, ਅਤੇ ਆਪਣੇ ਜਿਵੇਂ ਆਪਾਂ ਚੂੰਡੀ ਭਰਦੇ ਉਸ ਤਰੀਕੇ ਨਾਲ ਆਪਣੇ ਚੂੰਡੀ ਭਰ ਕੇ ਆਪਾਂ ਬਲ ਨੇਗੇ ਉਹਨਾਂ ਨੂੰ ਇਕੱਠੇ ਕਰਕੇ ਜਿਹੜਾ ਆਪਾਂ ਸੰਘਣੇ ਕਰ ਦੇਵਾਂਗੇ,
ਜਿਵੇਂ ਦੀ ਵੀਡੀਓ 'ਚ ਦੇਖ ਰਹੇ ਹੋ ਕਿ ਆਪਾਂ ਉੱਪਰੋਂ ਫੋਲਡ ਕੀਤਾ ਅਤੇ ਇਹਨੂੰ ਆਪਾਂ ਲੜ ਨੂੰ ਲਗਾ ਦੇਵਾਂਗੇ ਅਤੇ ਬਾਅਦ ਨਾਲ ਆਪਾਂ ਬਣ ਕੇ ਉਹਨੂੰ ਟਾਈਟ ਕਰਾਂਗੇ ਅਤੇ ਕਬਜ਼ੇ ਦਾ ਕੋਈ ਖਾਸ ਧਿਆਨ ਰੱਖਣਾ ਕਿ ਜਿਹਨੂੰ ਵੀ ਤੁਸੀਂ ਲੜ ਲਗਾਵਾਂਗੇ ਉਹ ਤੁਹਾਡੇ ਇੱਕ ਜਗ੍ਹਾ 'ਚੋਂ ਨਿਕਲ ਆਉਣੇ ਚਾਹੀਦੇ ਹਨ ਅਤੇ ਉਸ ਤਰ੍ਹਾਂ ਹੀ ਆਪਾਂ ਬੈਕ ਤੋਂ ਪਿੰਚ ਕਰ ਦੇਵਾਂਗੇ ਅਤੇ ਉਹਦਾ ਪਾਸਾ ਉੱਪਰ ਅਤੇ ਬੰਦ ਪਾਸਾ ਥੱਲੇ ਰੱਖ ਕੇ ਇਹ ਲੜਾ ਆਪਾਂ ਉਹਨੂੰ ਲਗਾ ਦੇਵਾਂਗੇ ਅਤੇ ਚੰਗੇ ਤਰੀਕੇ ਨਾਲ ਆਪਾਂ ਉਹਨਾਂ ਵਿੱਚ ਬਲ ਪਾ ਕੇ ਉੱਪਰਲੇ ਪੱਲੇ ਵਿੱਚ ਜਿਹੜਾ ਆਪਾਂ ਬਲ ਪਾ ਦੇਵਾਂਗੇ ਅਤੇ ਬਲ ਪਾ ਕੇ ਉਹਨੂੰ ਆਪਾਂ ਲਗਾ ਦੇਵਾਂਗੇ ਅਤੇ ਉਸ ਤਰੀਕੇ ਨਾਲ ਜਿਹੜਾ ਆਪਾਂ ਬਲ ਪਾਉਣੇ ਹੁੰਦੇ ਹਾਂ ਤਾਂ ਆਪਾਂ ਅੰਗੂਠੇ ਨਾਲ ਚੱਕ ਕੇ ਅਤੇ ਇਹਨੂੰ ਲੜ ਨੂੰ ਲਗਾ ਦੇਵਾਂਗੇ ਅਤੇ ਜਿਹੜਾ ਆਪਣਾ ਧਾਗਾ ਉਹਨੂੰ ਆਪਾਂ ਅੰਦਰ ਰੱਖ ਕੇ ਆਪਾਂ ਉੱਪਰੋਂ ਫੋਲਡ ਕਰ ਦੇਵਾਂਗੇ ਅਤੇ ਬਲਾਂ ਨੂੰ ਸੰਘਣੇ ਕਰਕੇ ਲੜ ਨੂੰ ਲਗਾ ਦੇਵਾਂਗੇ ਅਤੇ ਲਾ ਲਾਉਣ ਤੋਂ ਬਾਅਦ ਆਪਾਂ ਜਿਹੜੇ ਬਲ ਨੇਗੇ ਤਾਂ ਸੱਜੇ ਪਾਸੇ ਬਲ ਵੀ ਪਾਏ ਹਨ ਤਾਂ ਆਪਾਂ ਜਿਹੜੇ ਸੱਜੇ ਪਾਸੇ ਬਲ ਨੇ ਬਲ ਨੇਗੇ ਉਹ ਆਪਾਂ ਚੁੰਡੇ ਦਾ ਕੋੜਾ ਪਾ ਕੇ ਲਾਵਾਂਗੇ ਅਤੇ ਵੀਡੀਓ 'ਚ ਦੇਖ ਰਹੇ ਕਿ ਆਪਾਂ ਬਲ ਜਿਹੜੇ ਕਿਸ ਤਰੀਕੇ ਨਾਲ ਆਪਾਂ ਇਕੱਠੇ ਕਰਕੇ ਜਿਹੜੇ ਆਪਾਂ ਪਾਉਣੇ ਹਨ ਅਤੇ ਆਪਾਂ ਬਾਅਦ ਨਾਲ ਜਿਹੜੇ ਬਲ ਨੇਗੇ ਪੂਰੀ ਚੰਗੀ ਤਰੀਕੇ ਨਾਲ ਆਪਾਂ ਤਾਰ ਕਰਾਂਗੇ ਜਿੱਥੇ ਜਿੱਥੇ ਆਪਾਂ ਲੱਗਦੇ ਹਨ ਕਿ ਬਲ ਢਿੱਲੇ ਹਨ ਆਪਾਂ ਡਬਲ ਸ਼ੀਸ਼ਾ ਵਰਤ ਕੇ ਆਪਣੇ ਉੱਪਰਲੇ ਬਲ ਬਣਾਏ ਸੀ ਆਪਾਂ ਉਹਨਾਂ ਨੂੰ ਆਪਾਂ ਢਿੱਲੇ ਪਹਿਲਾਂ ਆਪਾਂ ਢਿੱਲੇ ਕਰਾਂਗੇ ਫਿਰ ਆਪਾਂ ਬਾਅਦ ਵਿੱਚ ਬਾਅਦ ਹੱਥ ਨਾਲ ਆਪਾਂ ਉਹਦੇ ਟਾਟ ਕਰ ਲਵਾਂਗੇ ਇਸ ਨਾਲ ਜਿਹੜਾ ਆਪਣੇ ਬਲ ਨੇਗੇ ਉਹ ਟਾਟ ਵੀ ਹੋ ਜਾਣਗੇ ਅਤੇ ਜਿਹੜੇ ਬਲ ਨੇਗੇ ਉਹ ਵੱਧ ਵੀ ਬਣ ਜਾਣਗੇ ਅਤੇ ਪੂਰੀ ਚੰਗੀ ਤਰੀਕੇ ਨਾਲ ਆਪਾਂ ਬਾਹਰ ਪਾਉਣ ਤੋਂ ਬਾਅਦ ਬੈਗ ਤੋਂ ਵੀ ਧਿਆਨ ਰੱਖਾਂ ਕਿ ਜਿਹੜੇ ਆਪਣੇ ਬੈਗ ਤੋਂ ਨੇਗੇ ਉਹ ਆਪਣੇ ਢਿੱਲੇ ਨਾ ਰਹਿਣ ਅਤੇ ਆਪਾਂ ਪੂਰੀ ਚੰਗੀ ਤਰੀਕੇ ਨਾਲ ਆਪਣੀ ਬਲਾਂ ਨੂੰ ਆਪਣੀ ਚੁੰਡੀ ਭਰ ਕੇ ਆਪਾਂ ਬਲ ਲੈ ਕੇ ਉਹਨਾਂ ਨੂੰ ਟਾਈਟ ਕਰਾਂਗੇ ਅਤੇ ਆਪਣੀ ਜਿਹੜੀ ਖੱਬੇ ਪਾਸੇ ਦੀ ਜਿਹੜੀ ਆਪਣੀ ਬੈਕ ਹੁੰਦੀ ਹੈ ਉੱਥੋਂ ਵੀ ਆਪਾਂ ਜਿਹੜੇ ਬਲ ਨੇਗੇ ਟਾਈਟ ਕਰਾਂਗੇ ਅਤੇ ਆਪਾਂ ਜਿਹੜੇ ਲੜ ਲੈਣ ਵੇਲੇ ਉਹਨਾਂ ਦਾ ਵੀ ਖਾਸ ਧਿਆਨ ਰੱਖਾਂਗੇ ਆਪਣਾ ਟਾਈਟ ਕਰਨ ਦਾ ਨਹੀਂ ਤਾਂ ਜਿਹੜੇ ਆਪਣੇ ਬਲ ਨੇਗੇ ਆਪਣੇ ਢਿੱਲੇ ਰਹਿ ਜਾਣਗੇ ਅਤੇ ਜਿਹੜੇ ਤੁਸੀਂ ਬਲ ਢਿੱਲੇ ਰਹਿਣਗੇ ਉਹਨਾਂ ਨੂੰ ਤੁਸੀਂ ਬਾਅਦ ਜਿਹੜੇ ਪੱਗ ਦੇ ਨਾਲ ਟਾਈਟ ਕਰਕੇ ਬਾਅਦ ਚੋਂ ਲਗਾ ਦੇਵਾਂਗੇ ਜਿਹੜਾ ਆਪਾਂ ਲਾਸਟ ਵਾਲਾ ਲਗਾਉਣਾ ਹੈ ਜਾਂ ਆਪਾਂ ਜਿਹੜਾ ਲੜ ਲਗਾਉਣਾ ਹੈ ਅਤੇ ਇਹਨੂੰ ਆਪਾਂ ਸਿੱਧਾ ਲਗਾਵਾਂਗੇ ਅਤੇ ਇਸ ਵਿੱਚ ਪੂਰੀ ਚੰਗੀ ਤਰੀਕੇ ਨਾਲ ਆਪਾਂ ਬਲ ਪਾਵਾਂਗੇ ਜਿਹੜਾ ਆਪਾਂ ਸੱਜੇ ਪਾਸੇ ਬਲ ਪਾਏ ਸੀਗੇ ਉਹ ਆਪਾਂ ਆਪਾਂ ਲੜ ਲਗਾਵਾਂਗੇ ਇਸ ਉਹਦਾ ਜਿਹੜਾ ਆਪਣਾ ਉੱਪਰਲਾ ਸਿਰਾ ਇਹ ਉਹਦੇ ਵਿੱਚ ਲਾ ਦੇਣਾ ਜਾਂ ਕਿ ਤੁਹਾਨੂੰ ਵੀ ਜਿਹੜਾ ਲੜ ਹੈ ਇਹ ਪਤਾ ਨਾ ਲੱਗੇ ਵੀ ਇਹ ਕਿੱਥੋਂ ਉਹਦੀ ਜਿਹੜੀ ਸਿਰੇ ਦੀ ਸਟਾਰਟਿੰਗ ਕਿੱਥੋਂ ਹੁੰਦੀ ਹੈ ਜਿਵੇਂ ਤੁਸੀਂ ਉਹਦੇ ਵਿੱਚ ਦੇਖ ਲਓ ਕਿ ਆਪਾਂ ਬਲ ਨੇਗੇ ਉਹਨੂੰ ਇਕੱਠੇ ਕਰਕੇ ਜਿਹੜਾ ਆਪਾਂ ਲਾ ਦੇਣਾ ਅਤੇ ਜਿਹੜੇ ਜਿਹੜੇ ਵੀਰ ਜਿਹੜੇ ਸਾਡੇ ਯੂਟਿਊਬ ਚੈਨਲ 'ਤੇ ਨਵੇਂ ਹਨ ਉਹ ਸਾਡੇ ਯੂਟਿਊਬ ਚੈਨਲ ਸਬਸਕ੍ਰਾਈਬ ਕਰ ਲਈ ਅਤੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰ ਲਈ ਜਿਹੜੇ ਜਿਹੜੇ ਵੀਰ ਸਾਡੇ ਯੂਟਿਊਬ ਚੈਨਲ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਫੋਲੋ ਕੀਤਾ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਪੂਰੀ ਚੰਗੀ ਤਰੀਕੇ ਨਾਲ ਪਹਿਲਾਂ ਵਾਰ ਉਹ ਪਲਵਾ ਦੇਵਾਂਗੇ ਅਤੇ ਆਪਾਂ ਜਿਹੜਾ ਲਾੜਾ ਉਹ ਖਿਸਕੇ ਨਾ ਤਾਂ ਆਪਾਂ ਉਹਦੇ ਉੱਪਰ ਨੇ ਇੱਕ ਪੱਗ ਪੰਨ ਵੀ ਲਗਾ ਸਕਦੇ ਹਾਂ ਦੋ ਤਿੰਨ ਅਤੇ ਜਿੱਥੇ ਕਿਤੇ ਆਪਣੇ ਜਿਹੜੇ ਬਲ ਢਿੱਲੇ ਨੇ ਅਤੇ ਆਪਾਂ ਬਾਲ ਨਾਲ ਜਿਹੜੇ ਆ ਪੱਗ ਪੰਨ ਨਾਲ ਆਪਾਂ ਬਾਲਾਂ ਨੂੰ ਟਾਈਟ ਕਰਾਂਗੇ ਅਤੇ ਤੁਸੀਂ ਪੱਗ ਪੰਨ ਵੀ ਵਰਤ ਸਕਦੇ ਹੋ ਅਤੇ ਜੇ ਵੀਡੀਓ ਵਧੀਆ ਲੱਗ ਰਿਹਾ ਤਾਂ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰ ਦਿਓ ਆਪਾਂ ਉਹਦੇ ਡਬਲ ਸ਼ੀਸ਼ੇ ਨਾਲ ਜਿਹੜੇ ਆਪਣੇ ਬੈਕ 'ਤੇ ਬਲ ਨੇਗੇ ਉਹਨਾਂ ਨੂੰ ਆਪਾਂ ਸੰਘਣੇ ਕਰਾਂਗੇ ਅਤੇ
ਆਪਣੇ ਨੂੰ ਤਾਂ ਟਾਈਟ ਕਰਾਂਗੇ। ਵੀਡੀਓ ਸ਼ੇਅਰ ਜ਼ਰੂਰ ਕਰਦੇ ਤਾਂ ਜਿਹੜੇ ਵੀਰ ਇਹ ਵਾਲੀ ਪੱਗ ਸਿੱਖਣ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਉਹ ਇਸ ਵੀਡੀਓ ਨੂੰ ਦੇਖ ਕੇ ਆਪਣੀ ਪ੍ਰੋਬਲਮ ਦਾ ਹੱਲ ਕਰ ਸਕਣ ਅਤੇ ਪੂਰੀ ਚੰਗੀ ਤਰੀਕੇ ਨਾਲ ਆਪਣੇ ਬਾਗ ਨਾਲ ਜਿਹੜੇ ਆਪਾਂ ਬਾਗ ਨੇਗੇ ਉਹਨੂੰ ਆਪਾਂ ਟਾਈਟ ਕਰਾਂਗੇ ਅਤੇ ਆਪਾਂ ਸੰਘਣੇ ਕਰ ਦੇਵਾਂਗੇ। ਅਤੇ ਪੂਰੀ ਚੰਗੀ ਤਰੀਕੇ ਨਾਲ ਆਪਾਂ ਬਾਗ ਨੂੰ ਟਾਈਟ ਕਰਕੇ ਅਤੇ ਆਪਣੀ ਚੁੰਡੀ ਨਾਲ ਜਿਹੜੇ ਆਪਾਂ ਬਲ ਨੇਗੇ ਉਹਨਾਂ ਨੂੰ ਆਪਾਂ ਟਾਈਟ ਕਰ ਦੇਵਾਂਗੇ। ਹੁਣ ਜਿਹੜਾ ਆਪਾਂ ਸਿਰ ਟਕਾਂਗੇ ਜਿਹੜਾ ਆਪਾਂ ਪਹਿਲਾਂ ਲਗਾ ਸੀ ਆਪਾਂ ਉਹਨੂੰ ਖੋਲ ਲਵਾਂਗੇ ਅਤੇ ਆਪਾਂ ਜਿਹੜੇ ਚਾਰੇ ਪਾਸੇ ਨੇਗੇ ਜਿਹੜੇ ਆਪਣੇ ਦੋਨੇ ਪਲਾਂ ਨੂੰ ਆਪਾਂ ਨੂੰ ਫੈਲਾ ਕੇ ਆਪਣਾ ਬੈਕ ਲੜ ਖਿੱਚ ਲਵਾਂਗੇ ਅਤੇ ਆਪਣੇ ਚਾਰੇ ਪਾਸੇ ਆਪਾਂ ਢੱਕ ਦੇਵਾਂਗੇ ਬਾਗ ਨਾਲ। ਢੱਕਣ ਤੋਂ ਬਾਅਦ ਜਿਹੜਾ ਆਪਾਂ ਪਿਛਲਾ ਲੜ ਉਹਨੂੰ ਖਿੱਚਾਂਗੇ ਅਤੇ ਖਿੱਚਣ ਤੋਂ ਬਾਅਦ ਜਿੱਦਾਂ ਜਿੱਦਾਂ ਆਪਾਂ ਨੂੰ ਲੱਗਦਾ ਕਿ ਬਾਲ ਜਿਹੜਾ ਆਪਣਾ ਸਿਰ ਨੰਗਾ ਰਹਿੰਦਾ ਹੈ ਉਹਨੂੰ ਆਪਾਂ ਢੱਕ ਦੇਵਾਂਗੇ। ਤੁਸੀਂ ਡਬਲ ਸ਼ੀਸ਼ੇ ਦੀ ਵਰਤੋਂ ਕਰ ਸਕਦੇ ਹੋ ਅਤੇ ਹੁਣ ਜਿਹੜਾ ਆਪਾਂ ਬਾਗ ਨਾਲ ਆਪਾਂ ਜਿਹੜੇ ਬਣਨਗੇ ਉਹਨਾਂ ਨੂੰ ਆਪਾਂ ਵਧਾਵਾਂਗੇ। ਅਤੇ ਪੂਰੀ ਚੰਗੀ ਤਰੀਕੇ ਨਾਲ ਆਪਣੇ ਬਣਨਗੇ ਉਹਨੂੰ ਸਾਹਮਣੇ ਕਰ ਦੇਵਾਂਗੇ। ਅਤੇ ਆਪਾਂ ਜਿਹੜੇ ਅੱਖਾਂ ਤੋਂ ਜਿਹੜੇ ਆਪਾਂ ਬਰਾਬਰ ਆ ਜਿਹੜੀ ਪੱਗ ਉਹ ਕਰਾਂਗੇ ਅਤੇ ਆਪਾਂ ਲੜ ਲਗਾਵਾਂਗੇ ਬੈਕ ਉਹ ਆਪਾਂ ਹਾਫ ਫੋਲਡ ਖੱਬੇ ਅਤੇ ਹਾਫ ਫੋਲਡ ਸੱਜੇ ਕਰਕੇ ਜਿਹੜਾ ਆਪਾਂ ਲੜ ਲਗਾ ਦੇਵਾਂਗੇ। ਜਲਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ। ਜੇ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।